ਘਰਾਂ ਚ ਵਿਸ਼ੇ ਸੱਥਰ ਵੈਣ ਪਾਉਂਦਾ ਪਰਿਵਾਰ ਸ਼ਹਾਦਤ ਤੇ ਮਾਣ ਵੀ ਹੈ ਤੇ ਦਿਲਾਂ ਚ ਦਰਦ ਵੀ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ ਚ ਸੋਮਵਾਰ ਨੂੰ ਹੋਏ ਇੱਕ ਮੁਕਾਬਲੇ ਦੌਰਾਨ ਫੌਜ ਦੇ ਇੱਕ ਨਾਇਬ ਸੂਬੇਦਾਰ ਸਮੇਤ ਪੰਜ ਜਵਾਨ ਸ਼ਹੀਦ ਹੋਏ ਨੇ ਪੁੰਛ ਦੇ ਡੇਰਾ ਕੀ ਗਲੀ ਇਲਾਕੇ ਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੱਕੀ ਸੂਚਨਾ ਮਿਲਣ ਤੇ ਫੌਜ ਵੱਲੋਂ ਸੋਮਵਾਰ ਤੜਕੇ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਸੀ ਇਸ ਦੌਰਾਨ ਜੰਗਲ ਚ ਲੁਕੇ ਅੱਤਵਾਦੀਆਂ ਨੇ ਫੌਜ ਦੀ ਟੋਲੀ ਤੇ ਅੰਨੇਵਾਹ ਗੋਲੀਆਂ ਚਲਾ ਕੇ ਇੱਕ ਜੇਸੀਓ ਸਮੇਤ ਪੰਜ ਜਵਾਨਾਂ ਨੂੰ ਗੰਭੀਰ ਜ਼ਖਮੀ ਕੀਤਾ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਸਾਰੇ ਜਵਾਨ ਜ਼ਖਮਾਂ ਦੀ ਤਾਬ ਨਾਲ ਚੱਲਦੇ ਹੋਏ ਦਮ ਤੋੜ ਗਏ ਸ਼ਹੀਦ ਜਵਾਨਾਂ ਦੀ ਪਛਾਣ ਪੰਜਾਬ ਦੇ ਕਪੂਰਥਲਾ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਪੰਜਾਬ ਦੇ ਗੁਰਦਾਸਪੁਰ ਦਾ ਨਾਇਕ ਮਨਦੀਪ ਸਿੰਘ ਪੰਜਾਬ ਦੇ ਰੋਪੜ ਦਾ ਸਿਪਾਹੀ ਗੱਜਣ ਸਿੰਘ ਉੱਤਰ ਪ੍ਰਦੇਸ਼ ਦਾ ਸਿਪਾਹੀ ਸਰਾਜ ਸਿੰਘ ਕੇਰਲ ਦਾ ਸਿਪਾਹੀ ਵੈਸ਼ਾਖ ਐਚ ਕੋਟਾਰਕਾ ਜਿਨ੍ਹਾਂ ਨੇ ਅੱਤਵਾਦੀਆਂ ਦੇ ਨਾਲ ਮੁਕਾਬਲੇ 'ਚ ਸ਼ਹਾਦਤ ਦਾ ਜਾਮ ਪੀ ਲਿਆ ਇਸੇ ਸਾਲ ਫਰਵਰੀ ਮਹੀਨੇ 'ਚ ਵਿਆਹੇ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਦਾ ਫੌਜੀ ਗੱਜਣ ਸਿੰਘ ਦਾ ਪਰਿਵਾਰ ਬੇਹਾਲ ਹੈ ਪੁੱਤ ਦੀ ਸ਼ਹਾਦਤ ਨੂੰ ਪਰਿਵਾਰ ਸਲਾਮ ਕਰ ਰਿਹਾ ਹੈ ਪਰੰਡਾ ਗਾਂਵ ਹੈ ਇਹ ਰੋਪੜ ਮੇਂ ਯਹਾਂ ਸੇ ਜੋ ਗੱਜਣ ਸਿੰਘ ਹੈ ਸਿਪਾਹੀ ਜੋ ਸ਼ਹੀਦ ਹੋਏ ਹੈ ਪਿਛਲੇ ਕੱਲ੍ਹ ਜੋ ਮੁੱਠਭੇੜ ਮੇਂ ਉਨਕੇ ਪਿਤਾ ਜੀ ਵੀ ਮੇਰੇ ਸਾਥ ਬੈਠੇ ਹੋਏ ਹੈ ਪਰ ਪਚਰੰਡਾ ਗਾਂਵ ਹੈ ਇਹ ਰੋਪੜ ਮੇਂ ਯਹਾਂ ਸੇ ਜੋ ਗੱਜਣ ਸਿੰਘ ਹੈ ਸਿਪਾਹੀ ਜੋ ਸ਼ਹੀਦ ਹੋਏ ਹੈ ਪਿਛਲੇ ਕੱਲ੍ਹ ਜੋ ਮੁੱਠਭੇੜ ਮੇਂ ਉਨਕੇ ਪਿਤਾ ਜੀ ਵੀ ਮੇਰੇ ਸਾਥ ਬੈਠੇ ਹੋਏ ਹੈ ਚਰਨ ਸਿੰਘ ਜੀ ਉਨਸੇ ਵੀ ਬਾਤ ਕਰੇਂਗੇ ਹਮ तो फिलहाल गमगीन जो है ये पूरा गांव है पूरा प्रदेश है चरण सिंह जी आप हमें बताएंगे कब भर्ती हुए थे फौज में आपके बेटा तकरीबन 10 साल हो गए हाँ जी नंदपुर साहब वाली पार्टी तो उनकी शादी भी अभी मार्च में ही हुई है ख्याल से तकरीबन फरवरी से हुई शादी 7-8 महीने हुए एक बारी छुट्टी आए बिच तो उन्होंने आना था कि 13 तारीख को या घर भी आना था उन्होंने लड़के की शादी थी जी 13 तारीख उन्होंने आना था जी गज्जन जी एक अलग ही शख्सियत सी यह जहाँ उन्होंने प्रोग्राम जो भर्ती होया 10 साल पहला उदों तो लैके हुण तक इन्नी इमानदारी और मेहनत दे नाल काम किया इन्होंने तीन भरा ने उहदे होर जी ते माता पिता जो दिहाड़ी जमीन भी थोड़ी जी है जिमीदारा भी करते दिहाड़ी दप्पा करके अपना टाइम पूरा करते पर गज्जण जी दे भर्ती होण दे नाल इस परिवार नूं थोड़ा राहत महसूस हुई है थोड़ा जिवें एक चंगी किरण दिखाई दित्ती है कि साडा जीवन भी वधिया बन जाएगा जीवन पद्धर उच्चा हो जाएगा पर कुदरत नूं कुछ होर ही मंजूर सीगा 10 सालां दे विच विच उहने अपने भरावां दा भी विआह कीता अपना भी विआह कीता उहने 8 महीने होए अजे ਉਹਦਾ ਆਪਣਾ ਵਿਆਹ ਹੋਇਆ ਅਤੇ 4 ਕੁ ਮਹੀਨੇ ਹੋਏ ਦੂਸਰੇ ਭਰਾ ਦਾ ਵਿਆਹ ਕੀਤਾ ਉਹਨੇ ਅਤੇ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਉਹ ਅਤੇ ਨਾਲ ਦੀ ਨਾਲ ਦੇਸ਼ ਦੀ ਖਾਤਰ ਜੋ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀਗਾ ਦੇਸ਼ ਕੌਮ ਦੀ ਖਾਤਰ ਸ਼ਹੀਦੀ ਪ੍ਰਾਪਤ ਕਰ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਚੱਠਾ ਦਾ ਫੌਜੀ ਜਵਾਨ ਮਨਦੀਪ ਸਿੰਘ ਜਿਨ੍ਹਾਂ ਦੇ ਘਰ ਮਾਹੌਲ ਬੇਹੱਦ ਗਮਗੀਨ ਹੈ ਹਰ ਕੋਈ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਖੜਿਆ ਹੈ ਮਨਦੀਪ ਸਿੰਘ ਪਿੱਛੇ ਆਪਣੀ ਮਾਂ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਸ਼ਹੀਦ ਮਨਦੀਪ ਸਿੰਘ ਦਾ ਛੋਟਾ ਬੇਟਾ ਮਹਿਜ਼ 39 ਦਿਨ ਦਾ ਸੀ ਜਦੋਂ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਹੋ ਗਏ ਮੇਰੇ ਪੁੱਤ ਭਰਤੀ ਹੋਏ ਨੂੰ ਮਨਦੀਪ ਸਿੰਘ ਨੂੰ 10 ਸਾਲ ਹੋ ਗਏ ਸ਼ੁਰੂ ਤੋਂ ਫੌਜ 'ਚ ਹੀ ਜਾਣਾ ਚਾਹੁੰਦਾ ਸੀ ਹਾਂ ਫੌਜ 'ਚ ਹੀ ਜਾਣਾ ਚਾਹੁੰਦਾ ਸੀ ਤਿੰਨੇ ਮੇਰੇ ਪੁੱਤ ਫੌਜ 'ਚ ਹੀ ਜਾਣ ਨੂੰ ਜਾਂਦੇ ਸੀ ਇੱਕ ਮੇਰਾ ਪੁੱਤ ਛੋਟਾ ਫਿਰ ਨਹੀਂ ਹੋਇਆ ਭਰਤੀਆਂ ਬੜੀਆਂ ਵੇਖੀਆਂ 2 ਮੇਰੇ ਪੁੱਤ ਫੌਜ 'ਚ ਸੀ ਇਹਨੂੰ 10 ਸਾਲ ਹੋ ਗਏ ਨੇ ਮਹੀਨੇ ਦੀ ਹੁਣ ਛੁੱਟੀ ਆਇਆ ਸੀ ਉਹਦੇ ਡਿਲੀਵਰੀ ਹੋਣ ਵਾਲੀ ਸੀ ਬੱਚੇ ਦਾ ਮਹੀਨੇ ਦਾ ਹੋਇਆ ਬੱਚਾ ਅਜੇ ਅਜਾ 4 ਮਹੀਨਿਆਂ ਦਾ ਵੱਡਾ ਬੱਚਾ ਅਜੇ
चार साल दा हाय मेरे पुत दे छोटे बच्चे देश लई कुर्बान हो गया। तुहाडे नाल कदों आखरी वारी कदों गल होई सी? मेरे नाल गल परसों वीडियो कॉल ते होई। उन्हें कहा मम्मी मेरे बच्चे नूं रोण ना दई, स्कूले जांदा ही रोंदा सी, ओ प्यो बिना नहीं सी बचदा। तो ये फौजी जवान दे घर पिंड चट्ठा विखे गुरदासपुर के डिप्टी कमिश्नर ते एसएसपी गुरदासपुर डॉक्टर नानक सिंह पहुंचे ने। तो सर परिवार ने की गलबात सब तो पहला अंतिम संस्कार अज होएगा या कल होएगा? सब तो पहला जी बहुत दुख की गल है कि साढ़े अज पांच नौजवान शहीदी पा गए ने, कल देश वास्ते अपनी जिंदगी कुर्बान की है। असं उन्होंने सलाम करते शहीदी को, उन्हों की जी शहादत सदका ही है, साडा देश मजबूत है और असं सेफ हाँ। वो पर जो घाटा है कदम पूरा नहीं हो सकता। अज असं इतने आए हैं मैं एस एस पी साहब साढ़े ए डी सी साहब परिवार के नाल दुख साझा करने वास्ते, तो माननीय मुख्यमंत्री जी वालों भी हुक्म हो सके तुरंत जाके आओ उत्थे, तो परिवार का हाल चाल पूछे। बहुत ही दुख की घड़ी है। तो संस्कार तो इदा है कि आर्मी अथॉरिटी नाल मैं टाई अप कर रहा, तो थोड़ा जहा उतों फॉरमैलिटीज रजौरी तो लेट हुई ने, तो अज रात उन्होंने शब लैके अपने जम्मू के रुकन गए, तो सवेरे इतने आने तो 9:30 बजे इतने पहुँचने की उम्मीद हैगी है। उस तो परिवार वालों जो समा फिक्स किया जाऊगा। अंतिम संस्कार कल ही होगा, संस्कार कल संस्कार होगा। कपूरथला जिले की तहसील पुलत के पिंड मालना तलवंडी का 39 साल का नायब सूबेदार जसविंदर सिंह जो अतवादियों के नाल मुकाबले शहीद हो गया। शहीद के घर च उसकी पत्नी सुखप्रीत कौर, एक पुत्र जिसकी उम्र 13 साल, एक पुत्री जिसकी उम्र 11 साल, बजुर्ग माता है। उन्होंने दसिया कि जसविंदर सिंह करीब 21 साल पहला सिख रेजीमेंट के भर्ती होया, साल 2007 अतवादियों के नाल होए मुकाबले दौरान बहादुरी दिखाता हुआ उसनू सेना मैडल के नाल सन्मानित किया गया। बहुत ज्यादा दुख होया, बच्चा नहीं सानू लभना, छोटा दा नानके घर रहिंदा रहा, उत्थे पढ़ता रहा। उन्होंने पालन पोषण वगैरह तुसी करते रहे सी? हां असी भी करते रहे, इत्थे भी रहिंदा रहा। छोटे छोटे बच्चे 5 महीने पहला ना दे पिता दी डेथ हो गई। वो किस तरह हुई सी? पंजाब दे मुख्यमंत्री चरणजीत सिंह चन्नी ने पंजाब दे तीनों शहीद जवानों के परिवार के एक एक मैंबर नूं सरकारी नौकरी 50-50 लाख रुपए का एक्स ग्रेशिया ग्रांट देने का ऐलान किया है।